बिस्मिल्लाहिर्रहमानिर्रहीम। अस्सलाम वालेकुम। क्या हाल चाल है मेरे सारे भैन भरावां दा? मैं भी चन्ने मेरे भैन भरा ठीक होणगे, अल्लाह शुक्र है मैं भी ठीक हाँ, खुश ते आबाद। सिट्टी लै के आए सी बाहरों बच्चे, ते मैं अज पाए सी धुप्पे, ते मैं कह रही हाँ कि हुण कोट लवां। गंदम बच्चे चुक लिया है बाहरों, मगर चंगा होगा भाई तुम लैन देने। आसमान पहले धुप लवाई है, धुप लवा के देना हूं झा रही है, कनक निकल रही है, देख सकते तुम कनक निकल गई तुम दस ने। देखो कड़ी है कनक, गंदम जिन्होंने कहते तो बस मेहनत वाला काम पहले अगर किया नहीं पे पाई है, कर महंगी हो गई है, तो मैं कहना थोड़ी हो जाए इस समय। हाँ जी हो गई है, बच्चे बाहरों लैके आए पहले आटा ले, मैं बड़ी परेशान लगे आगे तो गंदम भी 4000 मान है, तो बड़ी महंगी गंदम है। आटा भी हूँ बहुत ज्यादा महंगा हो गया, आटा लिया के खा लेंगे तो हूँ की करना है, हूँ तो भी नहीं मिलता पाया। मिलेगा सही पे पैसा ना ही मिलेगा ਮੰਡੇ ਕੀ ਪਾਣਾ ਸਾਲਾਂ ਕੀ ਪਾਣਾ ਦਾਲ ਲਗੀਆਂ ਪਕਾਣ ਤੋਂ ਤੇ ਮਾਮਾ ਦੀ ਸੁੱਕੀ ਦਾਲ ਅੱਛਾ ਉਹ ਹੈ ਸੀ ਘਰ ਤੇ ਉਹ ਫਿਰ ਮੈਂ ਪਿਉਣੀ ਠੀਕ ਮੈਂ ਸਰਦੀ ਕੋਈ ਨਹੀਂ ਲੈ ਗਏ ਤੇ ਮੈਂ ਚਾ ਦਾਲ ਕਾ ਦਿੰਨੇ ਆ ਉਹ ਉਧਰੋਂ ਕਮੈਲ ਠੀਕ ਨਹੀਂ ਕਮੈਲ ਦੇ ਜਨਾਬ ਜਿਲਦ ਖਰਾਬ ਹੈ ਉਹਦਾ ਟੀਕਾ ਲਵਾ ਲੈਂਦੇ ਹਾਂ ਉਹਦੇ ਟੀਕਾ ਲਵਾ ਲਓ ਉਹਨੂੰ ਵੈਸੇ ਵੀ ਟੀਕੇ ਲਵਾਏ ਕਿੰਨੇ ਜ਼ਿਆਦਾ ਤੇ ਉਹਨੂੰ ਤਾਂ ਗੰਨੀ ਮੈਨੂੰ ਲੱਗਦਾ ਹੋ ਗਿਆ ਗਰਮੀ ਮੰਨਦਾ ਪਿਆ ਕਹਿ ਰਿਹਾ ਕਿ ਮੇਰੇ ਪੇਟ 'ਚ ਦਰਦ ਹੋ ਰਿਹਾ ਚਲ ਠੀਕ ਕਰਾਂ ਤੂੰ ਵੇਖ सारे और अलग अलग दाने करते पे दाने कड़े ने नाल लारा कुत्ते जा रहे हैं जनाब हूँ छंड फंड के ना इन्हें कहते फंडना कहते हाँ जी इन्हें छट के ना हाँ छट के छटने पैने छट के साफ करके फिर दाने निकल देना हाँ ते कचरा बड़ा होड़ता पे पर हर जो वे नाल ना तो अभी शुरू कितने नाल तंग कर दे पे हरमों ने ना मार पे ये हरमों हैं हरमों हूँ मार पे ये माँ को तंग कर देने कहाँ हो गए सब्जी बनानी शुरू की है मन लाइव करना पा तो छटा मैं छटा तो दाल कर लेंगे पहले दाने कर मौसम खराब होने मुख्य फिर बदल बदल होने साढ़े एक दिन छड़ के एक दिन बारिश हो जाती है साढ़े चल कट्टा पैंदा है बड़ी है देखा जी ऐ मेहनत ऐ भाई मेहनत करके तो फिर खाने कहते हैं कि सियाने कहते हैं कि कमाना औखा तो खाना सौखा हाय हाय कट्टा भैन भाइयों
ਆਸਮਾ ਠੀਕ ਨਹੀਂ ਹੈਗੀ। ਕੱਲ ਕਣਕ ਵਗੈਰਾ ਕੁੱਟਦੀ ਪਈ ਸੀ, ਉਦੋਂ ਵੀ ਕਹਿੰਦੇ ਵੀ ਠੀਕ ਨਹੀਂ, ਕਾਫੀ ਇਹਨਾਂ ਦਿਨਾਂ 'ਚ ਫਿਰ ਠੀਕ ਨਹੀਂ ਕਾਫੀ। ਅਤੇ ਦਵਾਈ ਵਾਲੀ ਸਿਸਟਰ ਹੈ, ਉਹਨਾਂ ਨੇ ਦੱਸਿਆ ਕਿ ਜਨਾਬ ਕੋਈ ਹੋਮਿਓਪੈਥਿਕ ਹਕੀਮ ਸਾਹਿਬ ਡਾਕਟਰ ਸਾਹਿਬ ਨੇ ਪਿੰਡ ਇੱਥੋਂ ਤੱਕ ਕਾਫੀ ਸਾਡਾ ਹਰਮਾ ਪਿੰਡ ਆ, ਉੱਥੋਂ ਵਾਸਤੇ ਜਾਣਾ ਹੁਣ ਦਵਾਈ ਲੈਣ ਵਾਸਤੇ, ਅਤੇ ਇਹਨੂੰ ਲੈ ਕੇ ਮੈਂ ਜਾ ਰਿਹਾ ਉੱਧਰ। ਬਾਕੀ ਪਿੰਡ ਜਾਂਦੇ ਹਾਂ, ਮੈਨੂੰ ਖੁਦ ਨਹੀਂ ਪਤਾ, ਮੈਂ ਉੱਧਰ ਗਿਆ ਹੀ ਨਹੀਂ ਕਦੇ ਉਸ ਸਾਈਡ 'ਤੇ, ਜਿਸ ਇਲਾਕੇ 'ਚ ਦੱਸਦੇ ਪਏ ਨੇ। ਅਤੇ ਜਦ ਜਾਂਦੇ ਜਾ ਕੇ ਵੇਖਦੇ ਹਾਂ, ਜਾ ਕੇ ਤੁਹਾਨੂੰ ਦੱਸਾਂਗੇ ਕੋਈ ਵਿਊ ਵਗੈਰਾ ਉੱਧਰ ਦਾ, ਤੁਹਾਨੂੰ ਦੱਸਾਂਗੇ, ਤੁਹਾਨੂੰ ਸ਼ੇਅਰ ਕਰਾਂਗੇ। ਅਤੇ ਚਲੋ ਚੱਲਦੇ ਹਾਂ ਜਾ ਕੇ, ਪਤਾ ਨਹੀਂ ਅੱਜ ਜੁੰਮਾ ਵੀ ਹੈ, ਹਕੀਮ ਸਾਹਿਬ ਮਿਲਦੇ ਨਹੀਂ ਮਿਲਦੇ, ਉਹਨਾਂ ਨਾਲ ਰਾਬਤਾ ਵੀ ਕੋਈ ਨਹੀਂ ਸਾਡਾ ਹੋਇਆ, ਨਾ ਕੋਈ ਨੰਬਰ ਉਹਨਾਂ ਹੈਗਾ, ਵੀ ਚਲੋ ਜਾ ਕੇ ਪਤਾ ਕਰ ਲੈਂਦੇ ਹਾਂ ਜੀ। ਅਸੀਂ ਕਾਫੀ ਸਫ਼ਰ ਕਰਕੇ ਆ ਗਏ ਹਾਂ, ਰਸਤੇ 'ਚ ਲੱਗੇ ਹੋਏ ਸੀ ਰੋਹ ਵਾਲਾ ਵੇਰਨ ਲੱਗਿਆ, ਅਤੇ ਆਸਮਾ ਨੂੰ ਮੈਂ ਕਿਹਾ ਜੋ ਰੋਹ ਪੀ ਲੈ, ਅਤੇ ਉਹ ਪਿਆਸ ਵੀ ਲੱਗੀ ਹੋਈ ਸੀ, ਅਤੇ ਰੋਹ ਪੀ ਰਿਹਾ ਜੀ, ਇਹਨਾਂ ਕੋਲ ਭਰਵਾ ਗਿਆ ਜੀ, ਦੇਖ ਸਕਦੇ ਤੁਸੀਂ ਵੀ। ਗੰਨਾ ਨਹੀਂ ਮਿਲਣਾ, ਉਧਰੋਂ ਬੋਤਲ ਪੀ ਲਈ, ਇਹਦਾ ਪਤਾ ਹੁੰਦਾ ਰੋਹ ਮਿਲ ਜਾਂਦੇ, ਰੋਹ ਤਾਂ ਹੈ ਹੀ ਨਹੀਂ, ਤੇ ਰੋਹ ਮਿਲ ਜਾਂਦੇ ਰੋਹ, ਬੋਤਲ ਦਾ ਫਾਇਦਾ ਕੋਈ ਨਹੀਂ, ਛਾਂ ਕਰਕੇ ਬਿਠਾ ਦੇਣਾ। ਪਾਪਰ ਇਹਨੇ ਸੋਚਣਾ ਜਾ ਕੇ ਹੋਣਾ ਕਿੰਨੇ ਖਾਣੇ ਨੇ, ਹੈਂ ਹਰਮ ਖਾਂਦੀ ਪਾਪਰ, ਸਾਡੇ ਹਰਮ ਵੀ ਰੋਹ ਪੀ ਰਹੀ, ਉਹਦੇ ਨਾਲ ਗੰਨਾ ਵੀ ਹੈ, ਤੇ ਗੰਨੇ ਹੁਣ ਚੁਗਣ ਵਾਲੇ ਸਖਤ ਨੇ, ਗੰਨੇ ਵਾਲੇ ਤੇ ਰੋਹ ਵਾਲੇ ਨੇ, ਸਹੀ ਆ ਪੱਕੇ ਗੰਨੇ ਨੇ ਹੁਣ ਐਂਡ ਤੇ, ਦੇਹ ਨੂੰ ਪੀਂਦੀ ਆ, ਪੀ ਲਾ ਹੋਰ। ਕਾਫੀ ਸਫ਼ਰ ਤੈਅ ਕਰਕੇ ਅਸੀਂ ਆ ਗਏ ਹਾਂ, ਕਾਫੀ ਪਿੰਡ ਛੱਡੇ ਨੇ, ਅਤੇ ਲੇਸਰ ਮੋਟਾ ਮੋਟਾ ਰਸਤਾ ਆਪਣਾ, ਉਹ ਲੁਹਾਰੇ ਨੂੰ ਲੇਸਰ ਲੱਗਦਾ, ਰੋਹ ਵਾਲੇ ਦੱਸਦਾ ਪਿਆ, ਰੋਹ ਵਾਲੇ ਪੁੱਛਿਆ ਮੈਂ ਮੇਰੇ ਨਾਲ ਨੂੰ, ਕਹਿੰਦਾ ਕਿ 3 ਕਿਲੋਮੀਟਰ ਲੁਹਾਰਾ ਰਹਿ ਗਿਆ ਜਿੱਥੇ ਜਾਣਾ ਹਕੀਮ ਸਾਹਿਬ ਕੋਲੋਂ, ਜਾਂ ਜ ਹਕੀਮ ਸਾਹਿਬ ਨੇ ਜਾਂ ਉਹ ਡਾਕਟਰ ਨੇ ਜੋ ਵੀ ਸਾਨੂੰ ਦੱਸਿਆ, ਦੇਸੀ ਹਕੀਮ ਦੱਸਦੇ ਪਏ, ਅੱਗੋਂ ਜਾਂਦੇ ਹਾਂ ਜਾ ਕੇ ਪਤਾ ਕਰਨਾ, ਨਾਲੇ ਟਾਈਮ ਵੀ ਥੋੜ੍ਹਾ ਜਿਹਾ ਸਾਨੂੰ ਲੱਭ ਲੱਗ ਹੈ, ਵੀ ਜੁਮਾ ਹੈ, ਜੁਮਾ ਦਾ ਟਾਈਮ ਪਤਾ ਨਹੀਂ, ਜੁਮੇ ਟਾਈਮ 15 ਕਰ ਗਏ ਹੋਣ, ਜਿਨ੍ਹਾਂ ਸਾਨੂੰ ਘੁਲਾਇਆ ਸੀ ਨਾ, ਉਹਨਾਂ ਨੇ ਇਹ ਵੀ ਸਾਨੂੰ ਦੱਸਿਆ, ਉਹਨਾਂ ਨੂੰ ਵੀ ਨਹੀਂ ਪਤਾ ਜੀ, ਉਹਨਾਂ ਨੇ ਸਾਨੂੰ ਇਹ ਵੀ ਨਹੀਂ ਦੱਸਿਆ ਕਿ ਜੁਮੇ ਨੂੰ ਛੁੱਟੀ ਕਰਦੇ ਜਾਂ ਨਹੀਂ ਕਰਦੇ, ਕਹਿੰਦੇ ਸਾਨੂੰ ਨਹੀਂ ਪਤਾ, ਜਾ ਕੇ ਚਲੋ ਅਸੀਂ ਆ ਗਏ ਹਾਂ ਆਸਮਾਨ ਇੱਥੋਂ ਜਲਦੀ ਹੀ, ਤੋ ਜਾ ਰਹੇ ਹਾਂ। ਬਾਕੀ ਤੁਹਾਨੂੰ ਵੀਡੀਓ ਰਸਤੇ ਤਾਂ ਨਹੀਂ ਦੱਸਿਆ ਕਿ ਆਪਣੇ ਸਫ਼ਰ 'ਚ ਪਏ ਹੋਏ ਹਾਂ, ਤੋ ਜਿੰਨਾ ਕੁ ਸਫ਼ਰ ਹੈਗਾ ਇਨਸ਼ਾਅੱਲਾ ਤੁਹਾਡਾ ਕਰਨੇ ਆ, ਬਾਕੀ ਤੁਸੀਂ ਸਾਡੇ ਨਾਲ ਕਰੋ ਸਫ਼ਰ, ਅਤੇ ਚਲੋ ਜੀ ਚੱਲਦੇ ਹਾਂ ਅੱਗੇ ਦੁਆਰੇ।
ਲੇਸਰ ਕਲਾਂ ਗੁਜ਼ਰਾ ਆਏ ਆ ਲੇਸਰ ਕਲਾਂ ਗੁਜ਼ਰਾ ਆ ਕੋਈ ਵੀਡੀਓ ਬਣਾਈ ਆ ਕੋਈ ਨਹੀਂ ਬਣਾਈ ਤੋਂ ਲੇਸਰ ਕਲਾਂ ਤੋਂ ਅੱਗੇ ਦੱਸਦੇ ਪਏ ਲੋਹਾਰਾ ਮੈਂ ਵੀ ਇੱਧਰ ਪਹਿਲੀ ਦਫ਼ਾ ਆਇਆ ਲੇਸਰ ਕਲਾਂ ਦਾ ਮੈਂ ਨਾਂ ਸੁਣਦਾ ਰਿਹਾ ਲੇਸਰ ਦਾ ਪਰ ਕਦੇ ਹਜੇ ਮੈਂ ਪਹਿਲੇ ਆਇਆ ਨਹੀਂ ਆ ਮੇਰਾ ਖਿਆਲ ਆ ਪਹਿਲੀ ਵਾਰੀ ਆਇਆ ਮੈਂ ਤੈਨੂੰ ਤੋ ਅੱਗੇ ਚੱਲਦੇ ਹਾਂ ਲੋਹਾਰੇ ਜਿੰਨਾ ਹਕੀਮ ਸਾਹਿਬ ਨੂੰ ਮਿਲਣਾ ਅਪਨੇ ਕੰਮ ਲੱਗੇ ਵੀਡੀਓ ਵੀ ਬਣਾ ਸਕੇ ਜਿੱਥੇ ਮੈਨੂੰ ਕੋਈ ਦੱਸਦਾ ਮੈਂ ਉੱਥੇ ਜਾਣੀ ਪਈ ਆ ਮੈਨੂੰ ਕੋਈ ਸਮਝ ਨਹੀਂ ਆ ਰਹੀ ਮੈਂ ਫਿਰ ਜਦੋਂ ਆਉਂਦੀ ਹਾਂ ਨਾ ਦਵਾਈ ਲੈ ਕੇ ਤਾਂ ਮੈਂ ਪਰੇਸ਼ਾਨ ਹੋ ਜਾਂਦੀ ਹਾਂ ਅਤੇ ਮੈਂ ਪਤਾ ਨਹੀਂ ਠੀਕ ਹੋਣਾ ਜਾਂ ਨਹੀਂ ਹੁਣ ਅਤੇ ਮੈਨੂੰ ਹਰ ਚੁੱਕ ਕੇ ਮੰਜੀ ਤੋਂ ਕਿਤੇ ਅੱਗੇ ਪਿੱਛੇ ਖੜਨਾ ਪੈਣਾ ਮੈਂ ਤਾਂ ਇਸੇ ਤਰ੍ਹਾਂ ਦੀ ਹੋ ਗਈ ਹਾਂ ਕਿ ਹੁਣ ਮੈਨੂੰ ਚੁੱਕ ਕੇ ਅੱਗੇ ਪਿੱਛੇ ਲੈ ਜਾਣ ਚੱਲ ਫਿਰ ਮਸਾਲਾ ਬਹੁਤ ਛਪਾ ਦੇ ਖਾ ਦਵਾਈ ਨਾਲੇ ਮੁਰੱਬਾ ਲਿਆ ਦੇਣਾ ਮੁਰੱਬਾ ਲਿਆ ਗਿਆ ਪਿੱਛੇ ਯਾਦ ਭੁੱਲ ਗਿਆ ਹਾਂ ਮੁਰੱਬਾ ਵੀ ਲਿਆ ਕੇ ਦਵੋ ਚਲੋ ਖਾ ਕੋਈ ਗੱਲ ਨੀ ਅੱਲਾ ਬਾਬਾ ਛਫਾ ਦੇ ਨੀ ਵੇਖਣੇ ਲਾਹੌਰ ਦੇ ਰੁਖ ਕਰਾਂਗੇ ਜਾਂ ਕੋਈ ਕਰਨੇ ਲਾਹੌਰ ਅੱਗੇ ਵੀ ਸਾ ਕਰੋ ਅੱਗੇ ਪਿੱਛੇ ਸਾਰੇ ਦੱਸਿਆ ਹੁਣ ਆਸਮਾ ਦੀ ਦੁਆ ਕਰੋ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਔਰ ਬੱਚੇ ਭਾਵੇਂ ਵੱਡੇ ਕਿੱਥੇ ਗਏ ਨੇ ਉਹ ਵੀ ਆਉਂਦੇ ਉਹਨਾਂ ਨੇ ਕਦੇ ਸ਼ਾਮ ਹੋ ਗਈ ਹੈ ਸਾਨੂੰ ਆਉਂਦੇ ਆ ਵਾਪਸੀ ਆਉਂਦੇ ਆਉਂਦੇ ਵੀ ਤੋ ਦੁਆ ਯਾਦ ਰੱਖਿਓ ਜੀ ਅੱਲਾ ਹਾਫਿਜ਼ ਅੱਲਾ ਹਾਫਿਜ਼।